चढ़दी कला पंजाब न्यूज ते इस वेले दी वड्डी खबर हरचोवाल तो दिनों दिन वध रहियां चोरियां कारण लोकां विच सहम दा माहौल पाया जा रहा है। इसे तरह ही हरचोवाल विच दूजी बार चोरा वालों एक करियाने दी दुकान दी पिछली कंध पाड़ के चोर 2.5 लाख दा समान जिस विच LED इनवर्टर बैटरा कैमरे दा रिकॉर्डर अते बाकी करियाने दे समान समेत 5,000 दी नकदी चोरी करके फरार हो गए। गलबात करदिया करियाना मालक ने कहा कि मैं विदेश तो आके इत्थे करियाने दी दुकान खोली सी ते जेकर इसे तरह ही चोरियां हुंदियां रहियां ता कौन विदेशां चो आके इत्थे कमकार करेगा। मेरी प्रशासन तो मंग है कि चोरां नूं जल्द जल्द फड के मेरा सामान वापस दिवाया जावे। उत्थे ही पिंड वालियां ने CM भगवंत मान नूं बेनती कीती कि ओह प्रशासन नूं छोड़ा जगाउण तां जो लोकां दियां आए दिन जो चोरियां हो रहियां हन उहनां ते ठल पै सके। इत्थे दसण योग है कि इह चोरी इक रिहायशी इलाके विच होई है। जदों इस बारे हरचोवाल चौकी इंचार्ज विजय कुमार नाल फोन राही गल कीती तां उहनां ने कहा कि असीं मौका देख लिया है ते तफतीश जारी है। ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਸੁਖਦੇਵ ਸਿੰਘ ਦੀ ਰਿਪੋਰਟ। ਥੋੜੀ ਇੱਥੇ ਭਾਅ ਜੀ ਰਾਤ ਨੂੰ ਮਤਲਬ ਮੀਂਹਾਂ ਆਉਂਦਾ ਸੀ ਉਸ ਟਾਈਮ ਦੀ ਗੱਲ ਹੈ ਵੀ ਮਤਲਬ ਕੰਧ ਪਿੱਛੋਂ ਪੜੀ ਹੈ ਅਤੇ ਮਤਲਬ ਵਾਹਵਾ ਹੀ ਨੁਕਸਾਨ ਹੋਇਆ ਵਿੱਚ ਬੰਦੇ 2-4 ਮੇਰੇ ਹਿਸਾਬ ਨਾਲ ਵੜੇ ਹੋਣੇ ਅੰਦਰ ਅਤੇ LED ਆ DVR ਆ ਇਨਵੇਟਰ ਆ ਦੇਸੀ ਘਿਓ ਅਤੇ ਹੋਰ ਤੇਲ ਵਾਹਵਾ ਨੁਕਸਾਨ ਹੋਇਆ ਖੰਡ ਵੀ ਵਾਹਵਾ ਮਤਲਬ ਦਾਲਾਂ ਚੌਲ ਆ ਚੌਲਾਂ ਦੇ 8-10 ਤੋੜੇ ਹੋਣੇ ਮੇਰੇ ਹਿਸਾਬ ਨਾਲ ਚੌਲ ਵੀ ਖੜੇ ਉਹਨਾਂ ਨੇ ਉਹ ਨੁਕਸਾਨ ਕਰੀਬ ਮਤਲਬ 1.5-2 ਲੱਖ ਦਾ ਹੋਣਾ ਨੁਕਸਾਨ। ਕੈਸ਼ 5,000 ਹੀ ਗੱਲੇ 'ਚ ਜਿਹੜਾ ਚੇਂਜ ਹੁੰਦੀ ਨਾ ਮਤਲਬ ਸਾਡੀ ਉਹ ਟੁੱਟੇ ਪੈਸੇ ਜਿਹੜੇ ਹੁੰਦੇ 50 ਦੇ 100 ਦੇ ਅਤੇ 10 ਦੇ ਉਹੀ ਸੀਗੇ। ਪੁਲਿਸ ਸਵੇਰੇ ਉੱਥੇ ਜਾ ਕੇ ਕੰਪਲੇਂਟ ਲਿਖਾਈ ਸੀ ਬਾਅਦ 'ਚ ਇੱਥੇ ਵੇਖ ਕੇ ਵੀ ਗਏ ਮੌਕਾ ਵੀ ਪਰ ਅਜੇ ਪਤਾ ਨਹੀਂ ਵੀ FIR ਕੀਤੀ ਕਿ ਨਹੀਂ ਕੀਤੀ ਅਜੇ ਪਤਾ ਨਹੀਂ। ਦੂਸਰੀ ਚੋਰੀ ਹੋ ਗਈ ਆ ਪਰਸੋਂ ਉੱਥੇ ਹੋਈ ਸੀ। ਪ੍ਰਸ਼ਾਸਨ ਨੂੰ ਉਹਨਾਂ ਨੇ ਤਾਂ ਹੁਣ ਹੌਸਲਾ ਦਿੱਤਾ ਬਾਕੀ ਪਤਾ ਨਹੀਂ ਵੀ ਹੁਣ ਗਾਂਹ ਹੋਊਗਾ ਕੋਈ ਕਾਰਵਾਈ ਤਾਂ ਫਿਰ ਹੀ ਆਪਾਂ ਕਹਿ ਸਕਦੇ ਹਾਂ। ਇਹ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਕੀ ਅਪੀਲ ਕਰਦੇ? ਭਗਵੰਤ ਮਾਨ ਦੀ ਸਰਕਾਰ ਨੂੰ ਅਪੀਲ ਤਾਂ ਇਹੋ ਕਰੀਦੀ ਕਰਦੇ ਹਾਂ ਵੀ ਭਾਈ ਬਾਹਰ ਆ ਚੋਰਾਂ ਦਾ ਜਾਂ ਮਤਲਬ ਨਸ਼ੇੜੀਆਂ ਦਾ ਥੋੜ੍ਹਾ ਜਿਹਾ ਨੱਥ ਪਾਈ ਜਾਵੇ। ਹੋਰ ਇਹੋ ਹੀ ਕਰਦੇ ਹੋਰ ਤਾਂ ਦੂਜਾ ਕੰਮ ਵਾਲਾ ਬੰਦਾ ਤਾਂ ਕਰ ਨਹੀਂ ਸਕਦਾ ਜਿਹੜਾ ਬੰਦਾ ਮਿਹਨਤ ਕਰਦਾ। ਅਸੀਂ ਹੁਣ ਬਾਹਰ ਸਾਰੀ ਉਮਰ ਦਾ ਖਾ ਕੇ ਤਾਂ ਇੱਥੇ ਕੰਮ ਕਰ ਸਕਦੇ ਨਹੀਂ ਕਰ ਸਕਦੇ। ਸਾਨੂੰ ਤਾਂ ਉੱਦਾਂ ਡਰ ਆਉਂਦਾ ਵੀ ਕੀ ਕਰੀਏ ਉੱਥੋਂ ਸਾਰੀ ਪੂੰਜੀ ਕਮਾ ਕੇ ਤਾਂ ਇੱਥੇ ਲਿਆ ਕੇ ਬਿਜ਼ਨਸ ਕਰ ਸਕਦਾ ਕੋਈ ਬੰਦਾ? ਕਦੇ ਨਹੀਂ ਡਰ ਲੱਗਦਾ ਵਾ। ਮੰਗ ਇਹੋ ਹੀ ਆ ਵੀ ਇਹਨਾਂ ਨੂੰ ਫੜਿਆ ਜਾਵੇ ਅਗਾਂਹ ਮਤਲਬ ਹੋਰ ਅਸੀਂ ਹੁਣ ਬਾਹਰੋਂ ਆਣ ਕੇ ਕੰਮ ਕਰਨ ਡੇ ਇੱਥੇ ਤਾਂ ਇਹ ਹੋਰ ਕਿਹੜਾ ਕੌਣ ਕਰੂਗਾ? ਐਵੇਂ ਥੋੜ੍ਹੀ ਲੋਕ ਬਾਹਰ ਭੱਜੇ ਜਾਂਦੇ ਆ। ਚਾਹੁੰਦੇ ਆ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਏ, ਪ੍ਰਸ਼ਾਸਨ ਜਾਗੇ ਅਤੇ ਲੋਕਾਂ ਨੂੰ ਬਚਾਇਆ ਜਾਏ ਜਿਹੜੇ ਨੁਕਸਾਨ ਹੋਣ ਡਿਆ। ਆਹ ਦੂਜੀ ਚੋਰੀ ਹਰਚੋਲ ਅੱਡੇ 'ਚ ਹੋ ਗਈ ਹੈ, ਪਹਿਲਾਂ ਜਗਿੰਦਰ ਸਿੰਘ ਦੀ ਹੋਈ ਆ, ਹੁਣ ਇਸ ਇੱਕ ਦੁਕਾਨ 'ਚ ਹੋਈ ਹੈ ਅਤੇ ਨੁਕਸਾਨ ਵੀ 2-2.5 ਲੱਖ ਦਾ ਹੋ ਗਿਆ। ਮਾਹੌਲ ਕਿੱਦਾਂ ਕਹਿੰਦੇ ਪਏ? ਮਾਹੌਲ ਤਾਂ ਬਹੁਤ ਖਤਰੇ ਵਾਲਾ, ਜਿੱਥੋਂ ਘਰ 'ਚ ਚੋਰੀਆਂ ਹੋਣ ਡੈ ਪਈਆਂ, ਦੁਕਾਨਾਂ 'ਚ ਚੋਰੀਆਂ ਹੋਣ, ਮਾਹੌਲ ਉਦੋਂ ਵਧੀਆ ਇੰਨੀ ਵਧੀਆ ਹੋ ਕੀ ਹੋ ਸਕਦਾ? ਇਹ ਤੋਂ ਮਾੜਾ ਮਾਹੌਲ ਹੋ ਹੀ ਨਹੀਂ ਸਕਦਾ। ਜਿੱਥੇ ਦੁਕਾਨਦਾਰ ਵੀ ਸੇਫ ਨਹੀਂ ਗਏ, ਜਾਂ ਦੁਕਾਨ 'ਚ ਕੋਈ ਹੁੰਦਾ ਸ਼ਾਇਦ ਉਹ ਵੀ ਉਹਦਾ ਨੁਕਸਾਨ ਕਰ ਜਾਂਦੇ ਜਿਹੜੇ ਆਏ ਸੀ। ਇਸ ਕਰਕੇ ਅਸੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਵੀ ਛੇਤੀ ਤੋਂ ਛੇਤੀ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਏ, ਕੁੰਭਕਰਨ ਨੀਂਦ ਤੋਂ ਜਾਗੋ ਅਤੇ ਚੰਗਾ ਰਾਜ ਕਰੋ ਅਤੇ ਲੋਕਾਂ ਨੂੰ ਇਨਸਾਫ ਦਿਵਾਓ ਅਤੇ ਇਹਨਾਂ ਵਿਚਾਰਿਆਂ ਦੀ ਜਿਹੜੀ ਭਰਵਾਈ ਕਰੋ। ਵਾਹਿਗੁਰੂ। 14 ਸਾਲ ਬਾਹਰ ਲਏ ਸੀ, 14 ਸਾਲ ਉੱਥੇ ਡਰਾਈਵਰੀ ਕਰਦੇ ਸੀ, ਉੱਥੋਂ ਸਾਰੀ ਕਮਾਈ ਜਿੰਨੀ ਇਕੱਠੀ ਕਰਕੇ ਲਿਆ ਕੇ ਦੁਕਾਨ 'ਤੇ ਲਾਤੀ ਅਤੇ ਉਹਨਾਂ ਨੇ ਆਪਾਂ ਰੁਜ਼ਗਾਰ ਵਾਸਤੇ ਲਾਈ ਸੀ, ਪਰ ਰੁਜ਼ਗਾਰ 'ਤੇ ਕੋਈ ਰਹਿਣ ਨਹੀਂ ਦੇ ਰਿਹਾ। ਪਿੱਛੋਂ ਦੀ ਲੋਕ ਕੰਧ ਪਾੜ ਪਾੜ ਲਈ ਜਾਂਦੇ, ਇਹ ਵੀ ਦੁਕਾਨ ਵੀ ਇੱਕ ਰਿਹਾਇਸ਼ ਦੇ ਵਿੱਚ ਹੀ ਆ ਜੀ, ਕਿ ਲਾਂਭੇ ਵੀ ਨਹੀਂ ਹੈਗੀ, ਰੋਡ ਦੇ ਉੱਪਰ ਆ ਬਿਲਕੁਲ ਤੁਹਾਡੀ ਜੀ। ਇੱਥੇ ਕੰਮ ਕਿੱਦਾਂ ਕਰਾਂਗੇ ਸਰ ਜੀ? ਉਹ ਰਹਿਣੀ ਕੋਈ ਦੇਣ ਦੇ ਤਾਂ ਕੰਮ ਕੈਸੇ ਕਿੱਦਾਂ ਕਰਾਂਗੇ? ਕਿਉਂਕਿ ਆਣ ਕੇ ਜਾਣ ਕੇ ਲਏ, ਪੁਲਿਸ ਇੱਥੇ ਪਹੁੰਚੀ, ਆਣ ਕੇ ਮੌਕਾ ਵੇਖੇ, ਮੌਕੇ 'ਤੇ ਵੇਖ ਕੇ FIR ਅੱਜ ਤੱਕ ਦਰਜ ਨਹੀਂ ਹੋਈ ਸਾਡੀ। ਕਹਿੰਦੇ ਦੋ ਘੰਟਾ ਫਿਰ ਜਾਵਾਂਗੇ, ਲੱਗ ਜੂ ਪਤਾ ਹੁੰਦੀ ਕਿ ਨਹੀਂ ਹੁੰਦੀ। ਨਹੀਂ ਚਾਹੀਦੀ ਬਿਲਕੁਲ ਜੀ, ਮੌਕਾ ਆਣ ਕੇ ਵੇਖਣ 'ਤੇ ਫਿਰ ਹੀ ਫੜਨਗੇ, ਉੱਦਾਂ ਥੋੜ੍ਹਾ ਫੜਨਗੇ ਜੀ। ਇੱਕ ਪਿਛਲੀ ਰਾਤ ਇੱਥੇ ਚੋਰੀ ਹੋ ਗਈ ਜੀ ਨਾਲ ਦੀ ਦੁਕਾਨ 'ਚ ਜੀ, ਉਹ ਵੀ ਸਾਡੇ ਵਿਚਾਰੇ ਇੱਥੇ ਆਣ ਕੇ ਸਾਡਾ ਦੁੱਖ ਸਾਂਝਾ ਕਰਨ ਡੇ।